ਕਨੈਕਟ ਇਨ ਨਿਊਜ਼ਰੂਮ ਦੇ ਵਿੱਚ ਤੁਹਾਡਾ ਸਵਾਗਤ ਮੈਂ ਮਨਪ੍ਰੀਤ ਰੰਦਾਵਾ ਨਰਿੰਦਰ ਮੋਦੀ ਨੂੰ ਬਤਾਰ ਭਾਰਤ ਦੇ ਪ੍ਰਧਾਨ ਮੰਤਰੀ ਤੀਸਰੀ ਵਾਰੀ ਜਦੋਂ ਉਹਨਾਂ ਨੇ ਸੌ ਚੁੱਕੀ ਉਸ ਸੌ ਚੁੱਕੀ ਨੂੰ 2 ਮਹੀਨੇ ਤੋਂ ਥੋੜਾ ਵੱਧ ਸਮਾਂ ਹੋਇਆ 9 ਜੂਨ ਨੂੰ ਉਹਨਾਂ ਨੇ ਇਹ ਸੌ ਚੁੱਕੀ ਸੀ ਜਦੋਂ ਤੀਸਰੀ ਵਾਰੀ ਇਹ ਪ੍ਰਧਾਨ ਮੰਤਰੀ ਬਣਦੇ ਆ ਲੇਕਿਨ ਜੇ ਤੁਸੀਂ ਦੇਖੋ ਧਿਆਨ ਦੇ ਨਾਲ ਤੇ ਲਗਾਤਾਰ ਨਰਿੰਦਰ ਮੋਦੀ ਤੀਸਰੀ ਟਰਮ ਦੇ ਵਿੱਚ ਆ ਕੇ ਬੜੇ ਕਮਜ਼ੋਰ ਸਾਬਤ ਹੋ ਰਹੇ ਆ ਔਰ ਉਹ ਪਾਰਟੀ ਭਾਰਤੀ ਜਨਤਾ ਪਾਰਟੀ ਜਾਂ ਉਹ ਸਰਕਾਰ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਇੰਨੀ ਪਾਵਰਫੁਲ ਹੁੰਦੀ ਸੀ ਤੁਸੀਂ ਇਹ ਦੇਖੋ ਕਿ ਕਿੰਨੇ ਕਿੰਨੇ ਐਮਪੀਜ਼ ਨੂੰ ਬਾਹਰ ਕੱਟ ਕੇ ਇਹ ਬਿੱਲ ਪਾਸ ਕਰ ਲੈਂਦੇ ਹੁੰਦੇ ਸੀ ਬਹਿਸ ਵੀ ਨਹੀਂ ਚ ਹੁੰਦੀ ਪਰ ਇਸ ਵਾਰੀ ਬਿੱਲ ਵੀ ਨਹੀਂ ਇਹਨਾਂ ਤੋਂ ਪਾਸ ਹੋਇਆ ਬਲਕਿ ਉਹ ਬਿੱਲ ਇਹਨਾਂ ਨੂੰ ਠੰਡੇ ਬਸਤੇ 'ਚ ਪਾਉਣਾ ਪਿਆ ਔਰ ਇਹ ਇੱਕ ਵਾਕਿਆ ਨਹੀਂ ਅੱਜ ਮੈਂ ਤੁਹਾਨੂੰ ਕਈ ਵਾਕਿਆ ਦੱਸੂਗਾ ਜਿੱਥੋਂ ਇਹ ਪਤਾ ਲੱਗੂਗਾ ਕਿ ਕਿਸ ਤਰ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਇੱਕ ਕਮਜ਼ੋਰ ਪ੍ਰਧਾਨ ਮੰਤਰੀ ਸਾਬਤ ਹੋ ਰਹੇ ਆ ਔਰ ਨਾਲ ਦੀ ਨਾਲ ਕਿਵੇਂ ਕਿਵੇਂ ਉਹ ਹੋਰ ਕਈ ਮੁਸ਼ਕਲਾਂ ਦੇ ਵਿੱਚ ਘਿਰਦੇ ਜਾ ਰਹੇ ਆ ਤੇ ਨਾਲੇ ਸਭ ਤੋਂ ਪਹਿਲਾਂ ਅੱਜ ਗੱਲ ਕਰਾਂਗੇ ਆਪਾਂ ਸ਼ੰਭੂ ਬਾਰਡਰ ਦੀ ਸੁਪਰੀਮ ਕੋਰਟ ਦੇ ਵਿੱਚ ਇਹਦੀ ਸੁਣਵਾਈ ਚੱਲ ਹੀ ਰਹੀ ਸੀ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੂੰ ਪਤਾ ਕਿਸ ਤਰ੍ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਗੱਲ ਕਹੀ ਸੀ ਦੋਨਾਂ ਸਰਕਾਰਾਂ ਨੂੰ ਪੰਜਾਬ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਇੱਕ ਤਰ੍ਹਾਂ ਦੀ ਹਦਾਇਤ ਕੀਤੀ ਸੀ ਕਿ ਤੁਸੀਂ ਇੱਕ ਹਫਤੇ ਦੇ ਅੰਦਰ ਅੰਦਰ ਸ਼ੰਭੂ ਬਾਰਡਰ ਨੂੰ ਖੋਲੋ ਔਰ ਤੁਸੀਂ ਦੇਖੋ ਇਹ ਸ਼ੰਭੂ ਬਾਰਡਰ ਪਿਛਲੇ 6 ਮਹੀਨਿਆਂ ਤੋਂ ਬੰਦ ਆ ਔਰ ਬੰਦ ਕਿਸਾਨਾਂ ਨੇ ਨਹੀਂ ਕੀਤਾ ਬਲਕਿ ਕਿਸਾਨਾਂ ਨੂੰ ਇੱਥੇ ਰੋਕਿਆ ਹੋਇਆ ਔਰ ਇਹਨਾਂ ਨੂੰ ਹਰਿਆਣੇ ਪੁਲਿਸ ਨੇ ਜਾਂ ਉਹਨਾਂ ਨੇ ਆਪਣੀ ਬੈਰੀਕੇਟਿੰਗ ਕਰਕੇ ਤਮਾਮ ਤਰ੍ਹਾਂ ਦੇ ਉੱਥੇ ਉਹ ਬੈਰੀਕੇਡ ਜਾਂ ਉੱਥੇ ਬੋਲਡਰਸ ਲਾ ਕੇ ਜਾਂ ਹੋਰ ਕਈ ਤਰ੍ਹਾਂ ਦੀ ਇਸ ਤਰ੍ਹਾਂ ਦੀ ਉਹਨਾਂ ਨੇ ਉੱਥੇ ਉਪਕਰਣ ਲਾਏ ਹੋਏ ਆ ਜਿਨ੍ਹਾਂ ਕਰਕੇ ਉਹ ਅੱਗੇ ਨਹੀਂ ਜਾ ਸਕਦੇ ਕਿਉਂਕਿ ਕਿਸਾਨ ਤਾਂ ਜਾਣਾ ਚਾਹੁੰਦੇ ਸੀ ਕਿ ਦਿੱਲੀ ਪਰ ਉਹਨਾਂ ਨੂੰ ਦਿੱਲੀ ਜਾਣ ਨਹੀਂ ਦਿੱਤਾ ਜਾ ਰਿਹਾ ਅੱਜ ਉਸ ਕੇਸ ਦੀ ਫੇਰ ਸੁਣਵਾਈ ਸੀ ਕਿਉਂਕਿ ਇਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇਸ ਫੈਸਲੇ ਨੂੰ ਚੈਲੰਜ ਕੀਤਾ ਗਿਆ ਸੀ ਸੁਪਰੀਮ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਉਸ ਦੀ ਸੁਣਵਾਈ ਕਰ ਰਿਹਾ ਹਜੇ ਇਸ ਉੱਤੇ ਪੂਰਾ ਫੈਸਲਾ ਨਹੀਂ ਆਇਆ ਪਰ ਸੁਪਰੀਮ ਕੋਰਟ ਨੇ ਇੱਕ ਗੱਲ ਜ਼ਰੂਰ ਕਹੀ ਆ ਕਿ ਦੋਨਾਂ ਡੀਜੀਪੀਸ ਨੂੰ ਡਾਇਰੈਕਟਰ ਜਨਰਲ ਆਫ ਪੁਲਿਸ ਹਰਿਆਣਾ ਦੇ ਨੂੰ ਵੀ ਤੇ ਪੰਜਾਬ ਦੇ ਨੂੰ ਇਹਨਾਂ ਨੂੰ ਦੋਨਾਂ ਨੂੰ ਮਿਲ ਬੈਠ ਕੇ ਇੱਕ ਤਾਂ ਪਹਿਲਾਂ ਗੱਲਬਾਤ ਕਰਨੀ ਚਾਹੀਦੀ ਆ ਤੇ ਫਿਰ ਇਸ ਬਾਰਡਰ ਨੂੰ ਖੋਲਣ ਦੀ ਆਪਣੀ ਪ੍ਰਕਿਰਿਆ ਨੂੰ ਅੱਗੇ ਵਧਾਉਣਾ ਚਾਹੀਦਾ ਕਿਉਂਕਿ ਇਹ ਕਿਸੇ ਵੀ ਪੁਲਿਸ ਲਈ ਜਾਂ ਕਿਸੇ ਵੀ ਸਰਕਾਰ ਲਈ ਕੋਈ ਪਾਰਕਿੰਗ ਪਲੇਸ ਨਹੀਂ ਆ ਕਿ ਇੱਥੇ ਲਿਜਾ ਕੇ ਤੁਸੀਂ ਆਪਣੀ ਸਾਰੀ ਫੋਰਸ ਲਾ ਦਿਓ ਤੇ ਤੁਸੀਂ ਹਾਈਵੇ ਰੋਕ ਕੇ ਬੈਠ ਜਾਓ ਵੈਸੇ ਵੀ ਸਾਡੇ ਲੋਕਤੰਤਰ ਲਈ ਇਹ ਬੜੀ ਸ਼ਰਮਸਾਰ ਵਾਲੀ ਗੱਲ ਆ ਬੜੀ ਸ਼ਰਮ ਵਾਲੀ ਗੱਲ ਆ ਕਿ ਇੱਥੇ 6 ਮਹੀਨਿਆਂ ਤੋਂ ਕਿਸਾਨ ਬੈਠੇ ਹੋਣ ਔਰ ਤੁਸੀਂ ਇੱਥੇ ਸਾਰੀ ਫੋਰਸ ਜਾਂ ਜਿਹੜੀ ਬੈਰੀਕੇਟਿੰਗ ਆ ਜਾਂ ਇਹ ਰਾਹ ਇਸ ਕਰਕੇ ਰੋਕ ਰੱਖਿਆ ਕਿ ਕਿਤੇ ਕਿਸਾਨ ਦਿੱਲੀ ਨਾ ਚਲੇ ਜਾ ਔਰ ਉਸੇ ਚੀਜ਼ ਦੀ ਸੁਣਵਾਈ ਤੁਸੀਂ ਦੇਖੋ ਸੁਪਰੀਮ ਕੋਰਟ ਨੂੰ ਕਰਨੀ ਪੈ ਰਹੀ ਆ ਜਿਹੜਾ ਮਸਲਾ ਪੰਜਾਬ ਸਰਕਾਰ ਜਾਂ ਹਰਿਆਣਾ ਸਰਕਾਰ ਆਪਣੇ ਪੱਧਰ ਤੇ ਆਪਣੇ ਲੈਵਲ ਤੇ ਸੁਲਝਾ ਸਕਦੀ ਸੀ ਉਹਨੂੰ ਇੰਨਾ ਵੱਡਾ ਬਣਾ ਦਿੱਤਾ ਗਿਆ ਖੈਰ ਇਹਦਾ ਜਿਹੜਾ ਫਾਈਨਲ ਫੈਸਲਾ ਉਹ ਤਾਂ 22 ਅਗਸਤ ਨੂੰ ਆਊਗਾ ਪਰ ਸੁਪਰੀਮ ਕੋਰਟ ਨੇ ਇੱਕ ਗੱਲ ਜ਼ਰੂਰ ਕਹਤੀ ਆ ਕਿ ਤੁਸੀਂ ਇਸ ਨੂੰ ਹੁਣ ਥੋੜਾ ਇਸ ਲਈ ਖੋਲੋ ਇਸ ਰਾਹ ਨੂੰ ਖੋਲੋ ਜਿਸ ਨੂੰ ਕਿ ਆਨੇ ਕਿ ਥੋੜਾ ਪਾਰਸ਼ਲੀ ਜ਼ਰੂਰ ਖੋਲੋ ਥੋੜਾ ਬਹੁਤਾ ਜ਼ਰੂਰ ਖੋਲੋ ਤਾਂ ਕਿ ਜਿਹੜੀਆਂ ਉੱਥੇ ਕੋਈ ਐਮਰਜੈਂਸੀ ਸਰਵਿਸਿਜ਼ ਆ ਖਾਸ ਤੌਰ ਤੇ ਐਂਬੂਲੈਂਸ ਦੀ ਸਰਵਿਸ ਆ ਜਾਂ ਹੋਰ ਕਈ ਤਰ੍ਹਾਂ ਦੀ ਇਸ ਤਰ੍ਹਾਂ ਦੀਆਂ ਸਰਵਿਸਿਜ਼ ਆ ਉਹ ਲੋਕਾਂ ਨੂੰ ਉਥੇ ਉਹਨਾਂ ਸਰਵਿਸਿਜ਼ ਨੂੰ ਲੈਂਡ ਦੇ ਵਿੱਚ ਜਾਂ ਉਹਨਾਂ ਸਰਵਿਸਿਜ਼ ਨੂੰ ਇੱਧਰ ਉੱਧਰ ਰਾਹ ਦੇ ਵਿੱਚ ਜਾਣ ਦੇ ਵਿੱਚ ਜਾਂ ਆਵਾਜਾਈ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਕੋਈ ਦਿੱਕਤ ਨਾ ਆਵੇ ਇਹ ਗੱਲ ਸੁਪਰੀਮ ਕੋਰਟ ਨੇ ਕਹੀ ਆ ਸੋ ਸੁਪਰੀਮ ਕੋਰਟ ਇਸ ਨੂੰ ਬਿਲਕੁਲ ਚਾਹੁੰਦਾ ਕਿ ਤੁਸੀਂ ਆਂਸ਼ਿਕ ਰੂਪ ਦੇ ਵਿੱਚ ਥੋੜਾ ਬਹੁਤਾ ਖੋਲ੍ਹ ਦੋ ਬਾਕੀ ਅਸੀਂ ਜਿਹੜਾ ਫਾਈਨਲ ਫੈਸਲਾ ਉਹ ਬਾਅਦ ਦੇ ਵਿੱਚ ਲਵਾਂਗੇ ਸੋ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹ ਰਾਹ ਖੁੱਲ ਜਾਂਦਾ ਤੇ ਫਿਰ ਕੀ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾਂਦਾ ਜਿਹੜਾ ਕਿ ਉਹਨਾਂ ਦਾ ਬੁਨਿਆਦੀ ਹੱਕ ਆ ਉਹ ਆਪਣਾ ਧਰਨਾ ਪ੍ਰਦਰਸ਼ਨ ਕਿਤੇ ਵੀ ਜਾ ਕੇ ਦੇਸ਼ ਦੇ ਜਾਂ ਕਿਸੇ ਵੀ ਮੁਲਕ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਾ ਕੇ ਕਰ ਸਕਦੇ ਆ ਪਰ ਹਰਿਆਣਾ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇੱਕ ਤਰ੍ਹਾਂ ਇਹਨੂੰ ਆਪਣੀ ਨੱਕ ਦਾ ਸਵਾਲ ਬਣਾਇਆ ਹੋਇਆ ਸੀ 22 ਅਗਸਤ ਨੂੰ ਇਹਦਾ ਫਾਈਨਲ ਫੈਸਲਾ ਹੋਏਗਾ ਦੂਸਰੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰ ਰਿਹਾ ਸੀ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਰ ਰਿਹਾ ਸੀ ਕਿ ਕਿਸ ਤਰ੍ਹਾਂ ਲਗਾਤਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਖਤ ਫੈਸਲੇ ਲੈਣ ਦੇ ਵਿੱਚ ਜਿਸ ਤਰ੍ਹਾਂ ਦੀ ਕਿ ਉਹਨਾਂ ਦੀ ਆਮ ਤੌਰ ਤੇ ਇੱਕ ਪਰਸਨੈਲਿਟੀ ਜਾਂਦੀ ਸੀ ਜਾਂ ਜਿਸ ਤਰ੍ਹਾਂ ਉਹਨਾਂ ਦਾ ਵਿਅਕਤੀਤਵ ਸੀ ਜਾਂ ਇਹ ਕਿਆ ਜਾਂਦਾ ਸੀ ਕਿ ਜਿਸ ਤਰ੍ਹਾਂ ਦੇ ਉਹ ਪਰਸਨੈਲਿਟੀ ਦੇ ਮਾਲਕ ਸੀ ਉਹ ਹੁਣ ਗੱਲ ਰਹਿ ਨਹੀਂ ਲੱਗਦੀ ਕਾਰਨ ਇਹ ਹੈ ਕਿ ਇੱਕ ਤਾਂ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ 240 ਤੱਕ ਨਿਭੜ ਗਈ ਤੇ ਇਸ ਵਕਤ ਜਿਹੜੇ ਉਹਨਾਂ ਦੇ ਸਹਿਯੋਗੀ ਨੇ ਯਾ ਉਹਨਾਂ ਦੇ ਸਾਥੀ ਨੇ ਯਾ ਜਿਹੜੀਆਂ ਵਿਸਾਖੀਆਂ ਜਿਹਨੂੰ ਨਾ ਆਪਾਂ ਕਹਿੰਦੇ ਆ ਉਹ ਵੀ ਦੇਖ ਕੇ ਯਾ ਕਿਸ ਬਿਲ ਨੂੰ ਯਾ ਕਿਸ ਮੁੱਦੇ ਨੂੰ ਕਿਸ ਅਹਿਮੀਅਤ ਕਿੰਨੀਕ ਦੇਣੀ ਆ ਕਿਸ ਮਸਲੇ ਨੂੰ ਕਿੰਨੀਕ ਅਹਿਮੀਅਤ ਦੇਣੀ ਆ ਉਸ ਹਿਸਾਬ ਦੇ ਨਾਲ ਚੱਲਦੇ ਆ ਹੁਣ ਮੈਂ ਤੁਹਾਨੂੰ ਸੈਬੀ ਦੀ ਵੀ ਅੱਜ ਗੱਲ ਕਰੂੰਗਾ ਸੈਬੀ ਦੀ ਜਿਹਨੂੰ ਅਸੀਂ ਸਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਉਹਦੀ ਜਿਹੜੀ ਚੇਅਰਪਰਸਨ ਆ ਅੱਜਕੱਲ ਮਾਧਵੀ ਪੂਰੀ 부ਚ ਯਾ ਉਹਨਾਂ ਦਾ ਜਿਹੜਾ ਪਤੀ ਆ ਉਹ ਕਿਸ ਤਰ੍ਹਾਂ ਇਸ ਟਾਈਮ ਫੇਰ ਇੱਕ ਮਸਲੇ ਦੇ ਵਿੱਚ ਫਸ ਗਏ ਆ ਦਵਾਲ 부ਚ ਉਹਦਾ ਨਾਮ ਆ ਦੋਨੇ ਗੁਜਰਾਤ ਤੋਂ ਆਉਂਦੇ ਆ ਤੇ ਇਸੇ ਤਰ੍ਹਾਂ ਹਿੰਡਨਬਰਗ ਰਿਸਰਚ ਦੀ ਇੱਕ ਦੂਸਰੀ ਰਿਪੋਰਟ ਆ ਗਈ ਹੈ 1.5 ਸਾਲਾਂ ਦੇ ਬਾਅਦ ਇਸ ਰਿਪੋਰਟ ਨੇ ਫੇਰ ਕਿਵੇਂ ਗੌਤਮ ਅਡਾਨੀ ਨੂੰ ਵੀ ਘੇਰ ਲਿਆ ਤੇ ਇਸੇ ਤਰ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਵੀ ਕਿਸ ਤਰ੍ਹਾਂ ਇਹਦੇ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਕਈ ਤਰ੍ਹਾਂ ਦੇ ਸਵਾਲ ਉਹਨਾਂ ਤੇ ਇਸ ਕਰਕੇ ਉੱਠ ਰਹੇ ਆ ਕਿਉਂਕਿ ਗੌਤਮ ਅਡਾਨੀ ਦੀ ਇਨਕੁਆਰੀ ਯਾ ਉਹਨਾਂ ਦੀ ਜਾਂਚ ਜਾਂ ਤਫ਼ਤੀਸ਼ ਇਸ ਕਰਕੇ ਨਹੀਂ ਹੋ ਸਕਦੀ ਕਿਉਂਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੜੇ ਕਰੀਬੀ ਨੇ ਬਹੁਤ ਕਲੋਜ਼ ਨੇ ਇਹ ਗੱਲ ਰਾਹੁਲ ਗਾਂਧੀ ਨੇ ਤੁਹਾਨੂੰ ਯਾਦ ਹੋਣਾ ਪਾਰਲੀਮੈਂਟ ਦੇ ਵਿੱਚ ਵੀ ਕਹੀ ਸੀ ਇਹ ਚੀਜ਼ ਹੁਣ ਫੇਰ ਸਿਰ ਕੱਢ ਲਿਆਏ ਨੇ ਤੁਸੀਂ ਦੇਖੋ ਇਹ ਜਿਹੜੀ ਰਿਪੋਰਟ ਹੁਣ ਆਈ ਹੈ 116 ਪੰਨਿਆਂ ਦੀ ਆ ਬੀਤੇ ਕਾਲੀ ਇਹ ਰਿਪੋਰਟ ਆਈ ਆ ਛਾਇਆ ਹੋਈ ਆ ਔਰ ਉਸ ਰਿਪੋਰਟ ਦੇ ਵਿੱਚ ਇਹ ਦਾਵਾ ਕੀਤਾ ਗਿਆ ਕਿ ਸੈਬੀ ਨੇ ਜਿਹੜੀ ਜਾਂਚ ਕੀਤੀ ਸੀ ਸੁਪਰੀਮ ਕੋਰਟ ਦੇ ਕਹਿਣ ਦੇ ਉੱਤੇ ਤੁਸੀਂ ਯਾਦ ਕਰੋ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਚਲਾ ਗਿਆ ਸੀ ਗੌਤਮ ਅਡਾਨੀ ਦਾ ਤੇ ਉਹਨਾਂ ਨੇ ਐਸੇ ਸਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਨੂੰ ਕਿਹਾ ਸੀ ਕਿ ਤੁਸੀਂ ਇਹ ਸਾਰੇ ਮਾਮਲੇ ਦੀ ਜਾਂਚ ਕਰੋ ਔਰ ਜਾਂਚ ਕਿਹਨੇ ਕੀਤੀ ਸੀ ਐਸੇ ਮਾਦਵੀ ਪੁਰੀ ਬੋਚਨੇ ਕਿਉਂਕਿ ਇਹ ਚੇਅਰਪਰਸਨ ਆ ਇਸ ਦੀ ਚੀਫ ਆ ਇਹਦੀ ਮੁਖੀ ਆ ਹੁਣ ਗੱਲ ਜਿਹੜੀ ਸਾਹਮਣੇ ਆਈ ਆ ਬਲਕਿ ਕਾਂਗਰਸ ਨੇ ਇਸ ਉੱਤੇ ਕਾਨਫਰੰਸ ਵੀ ਕੀਤੀ ਆ ਕਹਿੰਦੇ ਇਹ ਤਾਂ ਆਪ ਹੀ ਇਹਨਾਂ ਸਾਰੇ ਕਈ ਇਸ ਤਰ੍ਹਾਂ ਦੇ ਜਿਹੜੇ ਸਿੰਗਾਪੁਰ ਇਹਨਾਂ ਦਾ ਅਕਾਊਂਟ ਸੀ ਉਹਨਾਂ ਦੇ ਵਿੱਚ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਆਫਸ਼ੋਰ ਕੰਪਨੀ ਸੀ ਇਹ ਤਾਂ ਖੁਦ ਇਨਵੈਸਟਮੈਂਟ ਕਰ ਰਹੀ ਸੀ ਇਹਨਾਂ ਦਾ ਜਿਹੜਾ ਪਤੀ ਹੈ ਦਿਵਾਲ ਬੁੱਚ ਉਹ ਖੁਦ ਉੱਥੇ ਇਨਵੈਸਟਮੈਂਟ ਕਰ ਰਿਆ ਸੀ ਇਹ ਸਾਰੇ ਖੁਲਾਸੇ ਵੀ ਉਹਨਾਂ ਨੇ ਕੀਤੇ ਇੱਕ ਇੱਕ ਉਹਨਾਂ ਨੇ ਦਸਤਾਵੇਜ਼ ਵੀ ਦਿੱਤਾ ਤੇ ਕੀ ਖੁਦ ਸੈਬੀ ਆ ਉਹ ਇਸ ਸਾਰੇ ਪ੍ਰਸ਼ਨ ਦੇ ਸਵਾਲ ਪ੍ਰਸ਼ਨਾਂ ਦੇ ਘੇਰੇ ਦੇ ਵਿੱਚ ਆ ਗਈ ਹੈ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਈ ਆ ਕਿ ਜੇ ਤੁਸੀਂ ਖੁਦ ਸਾਰੇ ਮਾਮਲਿਆਂ ਦੇ ਵਿੱਚ ਲਿਪਤ ਹੋ ਜਾਂ ਕਿਤੇ ਨਾ ਕਿਤੇ ਇਨਵੋਲਵ ਹੋ ਤੇ ਤੁਸੀਂ ਆਪ ਉਸ ਦੀ ਜਾਂਚ ਕਿਵੇਂ ਕਰ ਸਕਦੇ ਹੋ ਤੁਸੀਂ ਇੱਕ ਗੱਲ ਯਾਦ ਕਰੋ ਜਦੋਂ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਰਿਪੋਰਟ ਦਿੱਤੀ ਸੀ 22 ਪੁਆਇੰਟਸ ਇਹਨਾਂ ਨੇ ਦਿੱਤੇ ਸੀ ਔਰ ਸੁਪਰੀਮ ਕੋਰਟ ਨੇ ਸੈਬੀ ਦੀ ਇਸ ਜਾਂਚ ਨੂੰ ਮੰਨ ਲਿਆ ਸੀ ਕਿ ਠੀਕ ਆ ਅਸੀਂ ਤੁਹਾਡੀ ਜਾਂਚ ਮੰਨ ਲਈਏ ਪਰ ਦੋ ਕੁ ਪੁਆਇੰਟ ਇਸ ਤਰ੍ਹਾਂ ਦੇ ਸੀ ਜਿਹਦੇ ਉੱਤੇ ਇਹਨਾਂ ਨੇ ਕਿਹਾ ਸੀ ਸੈਬੀ ਨੇ ਕਿ ਸਾਨੂੰ ਪਤਾ ਨਹੀਂ ਲੱਗਦਾ ਸਾਨੂੰ ਇਨਫੋਰਮੇਸ਼ਨ ਨਹੀਂ ਮਿਲਦੀ ਇਨਫਰਮੇਸ਼ਨ ਕਿੱਥੋਂ ਮਿਲਣੀ ਸੀ ਕਿਉਂਕਿ ਜੇ ਗਾ ਜਾਂਦੇ ਫਿਰ ਤਾਂ ਆਪਣੇ ਸਾਰੇ ਕਿਸੇ ਖੁੱਲਣੇ ਸੀ ਗੱਲ ਇਹ ਹੁੰਦੀ ਆ ਕਿ ਕੀ ਹੁਣ ਆਪੋਜੀਸ਼ਨ ਨੇ ਰੌਲਾ ਪਾਉਣਾ ਸ਼ੁਰੂ ਕਰਤਾ ਵੈਸੇ ਤਾਂ ਔਰ ਉਹਨਾਂ ਨੇ ਆਲਰੇਡੀ ਇਸ ਤੇ ਜਪੀਸੀ ਜਿਹਨੂੰ ਅਸੀਂ ਜੁਆਇੰਟ ਪਾਰਲੀਮੈਂਟਰੀ ਕਮੇਟੀ ਕਹਿੰਦੇ ਆ ਜਪੀਸੀ ਦੀ ਮੰਗ ਕਰਨੀ ਸ਼ੁਰੂ ਕਰਤੀ ਤੁਸੀਂ ਯਾਦ ਕਰੋ ਜਦੋਂ ਪਿਛਲੇ ਸਾਲ ਸਨ 2023 ਦੇ ਵਿੱਚ ਜਨਵਰੀ ਦੇ ਮਹੀਨੇ ਦੇ ਵਿੱਚ ਇਹ ਰਿਪੋਰਟ ਆਈ ਸੀ ਪਹਿਲੀ ਰਿਪੋਰਟ ਹੁਣ ਤਾਂ ਦੂਸਰੀ ਆਈ ਆ ਉਦੋਂ ਵੀ ਜਪੀਸੀ ਦੀ ਮੰਗ ਹੋਈ ਸੀ ਪਰ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਦੇਖੋ ਰਾਹੁਲ ਗਾਂਧੀ ਜਿਨ੍ਹਾਂ ਨੇ ਇਹ ਸਾਰੇ ਇਲਜ਼ਾਮ ਲਾਈ ਸੀ ਔਰ ਇਹ ਗੱਲ ਕਈ ਸੀ ਪਾਰਲੀਮੈਂਟ ਦੇ ਵਿੱਚ ਕਿ ਸਾਨੂੰ ਦੱਸਿਆ ਜਾਵੇ ਭਾਰਤ ਦੇ ਲੋਕਾਂ ਨੂੰ ਕਿ ਗੌਤਮ ਅਡਾਨੀ ਦੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੰਨੀ ਨੇੜਤਾ ਕਿਉਂ ਇਹਨਾਂ ਦਾ ਆਪਸ ਦੇ ਵਿੱਚ ਸੰਬੰਧ ਕੀ ਆ ਕਿਉਂ ਗੌਤਮ ਅਡਾਨੀ ਦੇ ਜਿਹੜੇ ਸ਼ੇਅਰਜ਼ ਆ ਉਹ ਮਾਰਕੀਟ ਦੇ ਵਿੱਚ ਇੰਨੇ ਇਨਫਲੇਟਿਡ ਰੇਟਸ ਤੇ ਜਾਂ ਜਿਹੜਾ ਸਟਾਕ ਐਕਸਚੇਂਜ ਘੁਟਾਲਾ ਹੋ ਰਿਹਾ ਉਹ ਵਿਕਰੇ ਨੇ ਇਹਦੇ ਪਿੱਛੇ ਕੌਣ ਆ ਵੈਸੇ ਤੁਸੀਂ ਇੱਕ ਚੀਜ਼ ਦੇਖੋ ਗੌਤਮ ਅਡਾਨੀ ਦੀ ਜਿਸ ਤਰ੍ਹਾਂ ਵੈਲਥ ਦੇ ਵਿੱਚ ਜਿਸ ਤਰ੍ਹਾਂ ਪੂਰੀ ਦੌਲਤ ਦੇ ਵਿੱਚ ਪੂਰੇ ਐਸੈਟਸ ਦੇ ਵਿੱਚ ਵਾਧਾ ਹੋਇਆ ਇਹ ਲਗਭਗ ਉਦੋਂ ਤੋਂ ਹੀ ਹੋਣਾ ਸ਼ੁਰੂ ਹੋਇਆ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਬਣਦੇ ਆ ਲਗਾਤਾਰ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਗ੍ਰਾਫ ਆ ਉੱਪਰ ਗਿਆ ਉਸ ਤੋਂ ਬਾਅਦ ਇਹ ਭਾਰਤ ਦੇ ਪ੍ਰਧਾਨ ਮੰਤਰੀ ਬਣ ਜਾਂਦੇ ਆ ਔਰ ਗੌਤਮ ਅਡਾਨੀ ਵੀ ਦੁਨੀਆ ਦੇ ਇੱਕ ਬਹੁਤ ਅਮੀਰ ਵਿਅਕਤੀਆਂ ਦੇ ਵਿੱਚੋਂ ਇਹਨਾਂ ਦਾ ਨਾਮ ਆਉਂਦਾ ਬਲਕਿ ਪਹਿਲੇ ਜਿਹੜੇ ਕੁਝ ਚੰਦ ਅਮੀਰ ਆ ਉਹਨਾਂ ਦੇ ਵਿੱਚ ਨਾਮ ਇਹਨਾਂ ਦਾ ਆਉਣਾ شمار ਹੋਣਾ ਸ਼ੁਰੂ ਹੋ ਜਾਂਦਾ ਇਹ ਸਾਰਾ ਚੀਜ਼ਾਂ ਜਦੋਂ ਪੁੱਛੀਆਂ ਗਈਆਂ ਸੀ ਤੇ ਇਸੇ ਕਰਕੇ ਤੁਸੀਂ ਯਾਦ ਕਰੋ ਰਾਹੁਲ ਗਾਂਧੀ ਦੀ ਵੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਸੀ ਚਾਹੇ ਕਿਸੇ ਹੋਰ ਮਸਲੇ ਦੇ ਵਿੱਚ ਫਸਾ ਕੇ ਤੇ ਇਸੇ ਤਰ੍ਹਾਂ ਮਊਆ ਮਾਇਤਰਾ ਤ੍ਰਿੰਮੂਲ ਕਾਂਗਰਸ ਪਾਰਟੀ ਦੀ ਐਮਪੀ ਆ ਉਹਨੇ ਵੀ ਜਦੋਂ ਇਹ ਸਵਾਲ ਪੁੱਛੇ ਸੀ ਤੇ ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਵੀ ਪਾਰਲੀਮੈਂਟ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਕਈ ਤਰ੍ਹਾਂ ਦੇ ਇਲਜ਼ਾਮ ਲਾ ਕੇ ਪਰ ਰਾਹੁਲ ਗਾਂਧੀ ਵੀ ਵਾਪਸ ਆ ਗਏ ਆ ਤੇ ਮਊਆ ਮਾਇਤਰਾ ਵੀ ਵਾਪਸ ਆ ਗਈ ਆ ਹੁਣ ਜਿਹੜੀ ਨਵੀਂ ਰਿਪੋਰਟ ਆਈ ਆ ਕਿਉਂਕਿ ਉਦੋਂ ਤੱਕ ਕਿਸੇ ਨੇ ਗੱਲ ਗੋਲ ਨਹੀਂ ਉਸ ਵਕਤ ਭਾਰਤੀ ਜਨਤਾ ਪਾਰਟੀ 320 ਸੀਟਾਂ ਤੋਂ ਉੱਪਰ ਸੀ ਔਰ ਇੰਨੀ ਤਾਕਤਵਰ ਸੀ ਇੰਨੀ ਮਜ਼ਬੂਤ ਸੀ ਇਸ ਕਰਕੇ ਜਪੀਸੀ ਦੀ ਮੰਗ ਉੱਠੀ ਜਪੀਸੀ ਦੀ ਮੰਗ ਨੂੰ ਉਹਨਾਂ ਨੇ ਬਿਲਕੁਲ ਅਣਗੌਲੇ ਕਰਤਾ ਬਿਲਕੁਲ ਉਹਨੂੰ ਇਗਨੋਰ ਹੀ ਕਰਤਾ ਲੇਕਿਨ ਹੁਣ ਜਦੋਂ ਮਾਮਲਾ ਇਹ ਦੁਬਾਰਾ ਹੈ ਇਹ ਤਾਂ ਤੁਸੀਂ ਦੇਖੋ 3 ਦਿਨ ਪਹਿਲਾਂ ਇਸ ਪਾਰਲੀਮੈਂਟ ਦੇ ਸੈਸ਼ਨ ਨੂੰ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ ਯਾਨੀ ਰਾਜ ਸਭਾ ਨੂੰ ਵੀ ਤੇ ਇਸ ਤੋਂ ਇਲਾਵਾ ਤੁਸੀਂ ਦੇਖੋ ਲੋਕ ਸਭਾ ਨੂੰ ਪਾਰਲੀਮੈਂਟ ਦਾ ਸੈਸ਼ਨ ਹੀ ਇਹਨਾਂ ਨੇ ਪਹਿਲਾਂ 3 ਦਿਨ ਖਤਮ ਕਰਤਾ ਤਾਕਿ ਕਿਤੇ ਨਾ ਕਿਤੇ ਇਹਨਾਂ ਨੂੰ ਇਸ ਗੱਲ ਦਾ ਡਰ ਤਾਂ ਨਹੀਂ ਸੀ ਕਿ ਹਿੰਡਨਬਰਗ ਰਿਸਰਚ ਦੀ ਰਿਪੋਰਟ ਆਉਣ ਵਾਲੀ ਹੈ ਕਿਉਂਕਿ ਕਈ ਇਸ ਤਰ੍ਹਾਂ ਦੇ ਸੋਸ਼ਲ ਮੀਡੀਆ ਤੇ ਇਹ ਲਗਾਤਾਰ ਗੱਲ ਚੱਲ ਰਹੀ ਸੀ ਕਿ ਹਿੰਡਨਬਰਗ ਰਿਸਰਚ ਇਸ ਵਾਰੀ ਇੱਕ ਹੋਰ ਧਮਾਕਾ ਕਰਨ ਜਾ ਰਿਹਾ ਤੇ ਕਿਤੇ ਇਸ ਕਰਕੇ ਸੈਸ਼ਨ ਪਹਿਲਾਂ ਤਾਂ ਨਹੀਂ ਖਤਮ ਕਰ ਦਿੱਤਾ ਗਿਆ ਤੇ ਜਿਹੜਾ ਹੁਣ ਸਵਾਲ ਉੱਠਿਆ ਸੈਵੀ ਦੀ ਚੇਅਰਪਰਸਨ ਤੇ ਉਹਦੇ ਹਸਬੰਡ ਤੇ ਉਹਦੇ ਪਤੀ ਤੇ ਇਹ ਇਸ ਤੋਂ ਵੀ ਮੈਨੂੰ ਲੱਗਦਾ ਬਹੁਤ ਡੂੰਘੇ ਨੇ ਤੇ ਇਸ ਤੋਂ ਵੀ ਜ਼ਿਆਦਾ ਸੰਜੀਦੇ ਨੇ ਤੇ ਇਸ ਤੋਂ ਵੀ ਜ਼ਿਆਦਾ ਮੈਨੂੰ ਲੱਗਦਾ ਇਹਦੀ ਤਫ਼ਤੀਸ਼ ਦੀ ਲੋੜ ਆ ਵੈਸੇ ਕਾਂਗਰਸ ਦਾ ਸਭ ਤੋਂ ਪਹਿਲਾਂ ਚਾਹੁੰਦੀ ਆ ਕਿ ਸੈਵੀ ਦੀ ਚੇਅਰਪਰਸਨ ਨੂੰ ਪਾਸੇ ਕੀਤਾ ਜਾਵੇ ਰਿਜ਼ਾਈਨ ਲਿਆ ਜਾਵੇ ਤੇ ਫਿਰ ਇਹਦੀ ਇੱਕ ਨਿਰਪੱਖ ਜਾਂਚ ਕੀਤੀ ਜਾਵੇ ਦਰਅਸਲ ਮਸਲਾ ਇਹ ਵੀ ਆ ਕਿ ਨਿਰਪੱਖ ਜਾਂਚ ਕਰੂਗਾ ਕੌਣ ਚਾਹੇ ਤੁਸੀਂ ਸੀਬੀਆਈ ਦੀ ਜੇ ਗੱਲ ਕਰੋਗੇ ਈਡੀ ਦੀ ਗੱਲ ਕਰੋਗੇ ਇਨਕਮ ਟੈਕਸ ਦੀ ਗੱਲ ਕਰੋਗੇ ਜਾਂ ਕਿਸੇ ਹੋਰ ਜਾਂਚ ਏਜੰਸੀ ਦੀ ਕਰੋਗੇ ਇਹ ਜਾਂਚ ਏਜੰਸੀਆਂ ਖਾਸ ਤੌਰ ਤੇ ਵਿਰੋਧੀ ਧਿਰਾਂ ਨੂੰ ਨਿਰਪੱਖ ਲੱਗਦੀਆਂ ਨਹੀਂ ਇਹ ਤਾਂ ਕੇਂਦਰ ਸਰਕਾਰ ਦੇ ਹਿਸਾਬ ਦੇ ਨਾਲ ਚਲਦੀਆਂ ਨੇ ਇਸੇ ਕਰਕੇ ਜਦੋਂ ਉਹਨਾਂ ਦੀ ਭਰੋਸੇਯੋਗਤਾ ਨਹੀਂ ਰਹੀ ਤੇ ਜੁਆਇੰਟ ਪਾਰਲੀਮੈਂਟਰੀ ਕਮੇਟੀ ਦੀ ਇੱਕ ਭਰੋਸੇਯੋਗਤਾ ਇਸ ਕਰਕੇ ਮੰਨੀ ਜਾਂਦੀ ਆ ਕਿ ਉਹਦੇ ਵਿੱਚ ਆਪੋਜੀਸ਼ਨ ਦੇ ਮੈਂਬਰ ਵੀ ਹੋਣਗੇ ਐਮਪੀ ਹੋਣਗੇ ਹਾਲਾਂਕਿ ਜ਼ਿਆਦਾਤਰ ਮੈਂਬਰ ਜਿਹੜੇ ਹੁੰਦੇ ਆ ਉਹ ਰੂਲਿੰਗ ਪਾਰਟੀ ਜਾਂ ਸੱਤਾਧਾਰੀ ਪਾਰਟੀ ਦੇ ਹੁੰਦੇ ਆ ਪਰ ਮੈਨੂੰ ਲੱਗਦਾ ਇਸ ਫਸਲੇ ਨੇ ਇੱਕ ਵਾਰੀ ਨਰਿੰਦਰ ਮੋਦੀ ਨੂੰ ਦੁਬਾਰਾ ਫੇਰ ਕੇ ਰ ਲਿਆ ਵੈਸੇ ਜੇ ਤੁਸੀਂ ਦੇਖੋ ਤੇ ਪਿਛਲੇ ਲਗਭਗ ਸਵਾ ਦੋ ਮਹੀਨਿਆਂ ਦੇ ਵਿੱਚ ਤੀਸਰੀ ਟਰਮ ਦੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਇੱਕ ਪਹਿਲੀ ਮੁਸ਼ਕਲ ਨਹੀਂ ਆ ਇਸ ਤੋਂ ਪਹਿਲਾਂ ਤੁਸੀਂ ਸੁਣਿਆ ਹੋਣਾ ਸ਼ੇਖ ਅਸਿਨਾ ਬੰਗਲਾਦੇਸ਼ ਦੀ ਪ੍ਰਾਈਮ ਮਿਨਿਸਟਰ ਉਥੋਂ ਭੱਜ ਕੇ ਆਈ ਆ ਤੇ ਉਹਨੇ ਸ਼ਰਨ ਲਈ ਹੋਈ ਆ ਭਾਰਤ ਦੇ ਵਿੱਚ ਉਥੇ ਵੀ ਭਾਰਤ ਨੂੰ ਮੈਨੂੰ ਲੱਗਦਾ ਐਸ ਟਾਈਮ ਪੂਰੀ ਦੁਨੀਆ ਦੇ ਵਿੱਚ ਬੜੇ ਨਮੋਸ਼ੀ ਦਾ ਸਾਹਮਣਾ ਇਸ ਕਰਕੇ ਕਰਨਾ ਪੈ ਰਿਹਾ ਔਰ ਖਾਸ ਤੌਰ ਤੇ ਬੰਗਲਾਦੇਸ਼ ਦੇ ਵਿੱਚ ਕਿਉਂਕਿ ਇਹੀ ਸ਼ੇਖ ਹਸੀਨਾ ਉਥੇ ਤਾਨਾਸ਼ਾਈ ਵਾਲਾ ਰਵਈਆ ਰੱਖਦੀ ਸੀ ਤਾਨਾਸ਼ਾਈ ਬਣੀ ਹੋਈ ਸੀ ਔਰ ਜਿੰਨੇ ਇੰਸਟੀਟਿਊਟ ਸੀ ਚਾਹੇ ਆਪੋਜੀਸ਼ਨ ਪਾਰਟੀਆਂ ਸੀ ਉਹਨਾਂ ਨੂੰ ਅੰਦਰ ਕਰ ਰੱਖਿਆ ਸੀ ਜਿੰਨੇ ਇੰਸਟੀਟਿਊਟ ਸੀ ਉਹਨਾਂ ਨੂੰ ਬਿਲਕੁਲ ਖਤਮ ਕਰਤਾ ਸੀ ਇੱਥੋਂ ਤੱਕ ਕਿ ਇਲਜ਼ਾਮ ਸ਼ੇਖ ਹਸੀਨਾ ਤੇ ਇਹ ਵੀ ਸੀ ਕਿ ਇਹਨੇ ਉੱਥੇ ਇਲੈਕਸ਼ਨਸ ਦੇ ਵਿੱਚ ਵੀ ਧਾਂਦਲੀ ਕਰਕੇ ਆਪਣੀ ਸਰਕਾਰ ਬਣਾਈ ਆ ਜਦ ਕਿ ਇਹ ਜਿੱਤਣ ਦੇ ਕਾਬਿਲ ਨਹੀਂ ਸੀ ਇਹ ਗੱਲਾਂ ਉੱਥੋਂ ਦਾ ਮੀਡੀਆ ਔਰ ਇਸ ਟਾਈਮ ਪੂਰਾ ਇੰਟਰਨੈਸ਼ਨਲ ਮੀਡੀਆ ਵੀ ਲਿਖ ਰਿਹਾ ਔਰ ਭਾਰਤ ਦਾ ਮੀਡੀਆ ਵੀ ਲਿਖ ਰਿਹਾ ਲੇਕਿਨ ਉਸੇ ਜਿਸ ਸ਼ੇਖ ਅਸੀਲਾ ਨੂੰ ਇੱਥੇ ਲੈ ਕੇ ਆਉਣਾ ਪਿਆ ਜਿਹਦੇ ਨਾਲ ਇੰਨੀ ਨੇੜਤਾ ਬਣਾਈ ਸੀ ਕੀ ਭਾਰਤ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉੱਥੇ ਇੰਨਾ ਵੱਡਾ ਰਿਵੋਲਟ ਹੋਣ ਜਾ ਰਿਹਾ ਲੋਕਾਂ ਵੱਲੋਂ ਲੋਕਾਂ ਨੇ ਕਿਸ ਤਰ੍ਹਾਂ ਉੱਥੇ ਰਿਵੋਲਟ ਕਰਤਾ ਇੱਕ ਤਰ੍ਹਾਂ ਵਿਦਰੋਹ ਕਰਤਾ ਔਰ ਇਸ ਪ੍ਰਾਈਮ ਮਿਨਿਸਟਰ ਨੂੰ ਭੱਜ ਕੇ ਆਉਣਾ ਪਿਆ ਤੇ ਅੱਜ ਉਹਨਾਂ ਦੀ ਨੇੜਤਾ ਨੂੰ ਭਾਰਤ ਨੂੰ ਚੱਲਣਾ ਪੈ ਰਿਹਾ ਔਰ ਭਾਰਤ ਦੇ ਰਿਲੇਸ਼ਨ ਵੈਸੇ ਵੀ ਇਸ ਟਾਈਮ ਕੱਲੇ ਬੰਗਲਾਦੇਸ਼ ਨਾਲ ਤਾਂ ਹੁਣ ਖਰਾਬ ਹੋ ਹੀ ਗਏ ਆ ਨਵੀਂ ਸਰਕਾਰ ਕੀ ਹੁੰਦੀ ਹੈ ਕਿਉਂਕਿ ਸੁਆਇ ਸ਼ੇਖ ਅਸਿਨਾ ਤੋਂ ਕਿਸੇ ਹੋਰ ਪਾਰਟੀ ਜਿਵੇਂ ਖਾਲਿਦਾ ਜ਼ੀਆ ਸੀ ਜਾਂ ਜਿਹੜੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਸੀ ਜਾਂ ਹੋਰ ਜਿਹੜੇ ਵੀ ਉੱਥੇ ਇੰਸਟੀਚਿਊਟ ਸੀ ਉਹਨਾਂ ਦੇ ਨਾਲ ਸਬੰਧ ਬਣਾਏ ਹੀ ਨਹੀਂ ਗਏ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਰਾਬਤਾ ਨਹੀਂ ਕਾਇਮ ਰੱਖਿਆ ਅੱਜ ਦੇ ਤਰੀਕ ਦੇ ਵਿੱਚ ਭਾਰਤ ਇਸ ਵਿੱਚ ਬੁਰੀ ਤਰ੍ਹਾਂ ਫਸ ਗਿਆ ਕਿਉਂਕਿ ਬੰਗਲਾਦੇਸ਼ ਦੇ ਵਿੱਚ ਜਿਹੜੀ ਨਵੀਂ ਸਰਕਾਰ ਆਏਗੀ ਉਹ ਭਾਰਤ ਨੂੰ ਸਹੀ ਨਜ਼ਰਾਂ ਦੇ ਨਾਲ ਨਹੀਂ ਦੇਖੇਗੀ ਕਿ ਉਹਨਾਂ ਨੂੰ ਲੱਗਦਾ ਕਿ ਭਾਰਤ ਤਾਂ ਸਾਡਾ ਦੁਸ਼ਮਣ ਆ ਕਿ ਇੱਕ ਤਾਂ ਦਾ ਸ਼ਾ ਨੂੰ ਇਹ ਕਿਵੇਂ ਇੱਕ ਸ਼ਰਨ ਦੇ ਕੇ ਬੈਠਾ ਕਿਵੇਂ ਇਹਨੇ ਇੱਥੇ ਇਹਨਾਂ ਨੂੰ ਅਸਾਈਲਮ ਦੇਣ ਦੀ ਹਜੇ ਤੱਕ ਵੈਸੇ ਇਹਦੀ ਕੋਈ ਫਾਰਮਲੀ ਜਾਂ ਅਧਿਕਾਰਿਕ ਤੌਰ ਤੇ ਕੋਈ ਘੋਸ਼ਣਾ ਨਹੀਂ ਹੋਈ ਨਾ ਕਿਸੇ ਤਰ੍ਹਾਂ ਦਾ ਕੋਈ ਐਲਾਨ ਹੋਇਆ ਪਰ ਕੀ ਇਸ ਨੂੰ ਇੱਥੇ ਸ਼ਰਨ ਦਿੱਤੀ ਜਾਏਗੀ ਇਹ ਸਾਰੀਆਂ ਗੱਲਾਂ ਵੀ ਹੁੰਦੀਆਂ ਇਸ ਮਸਲੇ ਦੇ ਵਿੱਚ ਵੀ ਫਸੇ ਹੋਏ ਆ ਔਰ ਮਸਲਾ ਇਹਦੇ ਨਾਲ ਹੋਰ ਵੀ ਆਉਂਦਾ ਕਿ ਭਾਰਤ ਦੇ ਜਿੰਨੇ ਆਸ-ਪਾਸੇ ਸਾਊਥ ਏਸ਼ੀਆ ਦੇ ਮੁਲਕਾ ਉਹਨਾਂ ਦੇ ਨਾਲ ਲਗਭਗ ਸਾਰਿਆਂ ਦੇ ਨਾਲ ਸਬੰਧ ਵੀ ਖਰਾਬ ਚੱਲ ਰਹੇ ਆ ਤੁਸੀਂ ਪਾਕਿਸਤਾਨ ਦੇਖ ਲਓ ਪਾਕਿਸਤਾਨ ਦੇ ਨਾਲ ਤਾਂ ਕੋਈ ਗੱਲਬਾਤ ਹੀ ਨਹੀਂ ਮਾਲਦੀਵਸ ਤੋਂ ਲੈ ਕੇ ਇੱਕ ਛੋਟੇ-ਛੋਟੇ ਮੁਲਕਾ ਜਿਹੜੇ ਨੇਪਾਲ ਨੇਪਾਲ ਤੋਂ ਲੈ ਕੇ ਸ਼੍ਰੀਲੰਕਾ ਤੋਂ ਲੈ ਕੇ ਬਰਮਾ ਤੋਂ ਲੈ ਕੇ ਮੀਨਮਾਰ ਜਿਹਨੂੰ ਆਪਾਂ ਕਹਿੰਦੇ ਆ ਔਰ ਹੁਣ ਬੰਗਲਾਦੇਸ਼ ਦੇ ਨਾਲ ਵੀ ਜਦੋਂ ਸਬੰਧ ਤੁਹਾਡੇ ਖਰਾਬ ਹੋ ਜਨ ਤੇ ਚੀਨ ਸਾਡੇ ਉੱਤੇ ਚੜਿਆ ਬੈਠਾ ਉਹ ਤੁਹਾਨੂੰ ਪਤਾ ਹੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਨਰਿੰਦਰ ਮੋਦੀ ਦੀ ਜਿਹੜੀ ਫੋਰਨ ਪਾਲਿਸੀ ਆ ਉਹ ਵੀ ਬਿਲਕੁਲ ਫੇਲ ਸਾਬਤ ਹੋ ਰਹੀ ਆ ਇਹ ਜਿੰਨੇ ਐਕਸਪਰਟਸ ਤੁਸੀਂ ਸੁਣੋਗੇ ਉੱਥੇ ਜਾ ਕੇ ਵੀ ਇਹ ਬਿਲਕੁਲ ਫੇਲ ਹੋ ਗਈ ਹੈ ਕਹਿਣ ਦਾ ਭਾਵ ਇਹ ਆ ਕਿ ਹਰ ਰੋਜ਼ ਇੱਕ ਨਵੀਂ ਮੁਸੀਬਤ ਆਉਂਦੀ ਹੈ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਸੀ ਕਿ ਜਿਹੜਾ ਕਦੇ ਇਹਨਾਂ ਨੇ ਆਪਣੇ ਬਹਿਸ ਨਹੀਂ ਸੀ ਕਰਦੇ ਹੁੰਦੇ ਯਾ ਕਿਸੇ ਬਿੱਲ ਤੇ ਡਿਬੇਟ ਨਹੀਂ ਸੀ ਕਰਦੇ ਹੁੰਦੇ ਵਕਫ ਬੋਰਡ ਦਾ ਇੱਕ ਬਿੱਲ ਲੈ ਕੇ ਆਈ ਸੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਾਂ ਐਂਡੀਆ ਦੀ ਸਰਕਾਰ ਔਰ ਆਪਣੇ ਸਹਿਯੋਗੀਆਂ ਨੇ ਕੇਰਲਾ ਵਕਫ ਬੋਰਡ ਦਾ ਵੈਸੇ ਮੈਂ ਤੁਹਾਨੂੰ ਦੱਸ ਦਿੰਦਾ ਉਹ ਬਿੱਲ ਹੈ ਕੀ ਸੀ ਵਕਫ ਬੋਰਡ ਦੇ ਵਿੱਚ ਕਿਉਂਕਿ ਇਹ ਮੁਸਲਮਾਨ ਭਾਈਚਾਰੇ ਦੇ ਨਾਲ ਸੰਬੰਧਿਤ ਆ ਔਰ ਇਹ ਸਾਰੀਆਂ ਜਿੰਨੀਆਂ ਪ੍ਰਾਪਰਟੀਆਂ ਆ ਇਹਨਾਂ ਦੇ ਜਿੰਨੇ ਐਸੈਟਸ ਆ ਉਹਨਾਂ ਨੂੰ ਕੰਟਰੋਲ ਕਰਦਾ ਭਾਰਤੀ ਜਨਤਾ ਪਾਰਟੀ ਦਾ ਇਹ ਜਿਹੜਾ ਬਿੱਲ ਸੀ ਇਹ ਇਹਦੇ ਵਿੱਚ ਇਹ ਸੋਧਾਂ ਕਰਕੇ ਲੈ ਕੇ ਆਏ ਸੀ ਕਿ ਇਹਦੇ ਵਿੱਚ ਹੋਰ ਵੀ ਕਈ ਧਰਮਾਂ ਦੇ ਵਿਅਕਤੀ ਆ ਸਕਦੇ ਆ ਇਹਨਾਂ ਦੇ ਮੁਖੀ ਬਣ ਸਕਦੇ ਆ ਮੰਨ ਲਓ ਕੋਈ ਹਿੰਦੂ ਧਰਮ ਤੋਂ ਵੀ ਆ ਸਕਦਾ ਕੋਈ ਈਸਾਈ ਧਰਮ ਤੋਂ ਵੀ ਆ ਸਕਦਾ ਜਿਹੜਾ ਕੀ ਇਹਨਾਂ ਦੇ ਆਪਣੇ ਸਹਿਯੋਗੀਆਂ ਨੂੰ ਨਾ ਤਾਂ ਚੰਦਰਬਾਬੂ ਨਾਇਡੂ ਨੂੰ ਮਨਜ਼ੂਰ ਸੀ ਨਾ ਹੀ ਨਿਤਿਸ਼ ਕੁਮਾਰ ਨੂੰ ਮਨਜ਼ੂਰ ਸੀ ਆਪੋਜੀਸ਼ਨ ਤਾਂ ਤਾਂ ਵਿਰੋਧ ਹੈ ਹੀ ਸੀ ਇੱਥੋਂ ਤੱਕ ਮਸਲੇ ਹੋ ਗਿਆ ਤੇ ਜਦੋਂ ਪਤਾ ਲੱਗਾ ਕਿ ਸਾਡਾ ਬਿੱਲ ਹੁਣ ਪਾਸ ਨਹੀਂ ਹੋਣਾ ਖਾਸ ਤੌਰ ਤੇ ਰਾਜ ਸਭਾ ਤੋਂ ਤੇ ਇਹ ਬਿੱਲ ਹੀ ਵਾਪਸ ਲੈ ਲਿਆ ਗਿਆ ਐਸ ਟਾਈਮ ਉਸ ਬਿੱਲ ਨੂੰ ਠੰਡੇ ਬਸਤੇ ਦੇ ਵਿੱਚ ਪਾਤਾ ਇੱਕ ਜੁਆਇੰਟ ਕਮੇਟੀ ਨੂੰ ਦੇ ਦਿੱਤਾ ਗਿਆ ਜਿਵੇਂ ਕਿ ਅਕਸਰ ਕਈ ਵਾਰੀ ਸਿਲੈਕਟ ਕਮੇਟੀ ਨੂੰ ਵੀ ਚਲਾਇਆ ਜਾਂਦਾ ਹਾਲਾਤ ਲਗਾਤਾਰ ਇੰਨੇ ਕ ਵਿਗੜਨੇ ਸ਼ੁਰੂ ਹੋ ਗਏ ਆ ਸੋ ਹਰ ਰੋਜ਼ ਅਸੀਂ ਜਿਵੇਂ ਕਹਿੰਨੇ ਆ ਕਿ ਨਰਿੰਦਰ ਮੋਦੀ ਲਈ ਇੱਕ ਨਵੀਂ ਚੁਣੌਤੀ ਬਣੀ ਹੋਈ ਆ ਵੈਸੇ ਰਾਜ ਸਭਾ ਦੀ ਵੀ ਆਪਾਂ ਗੱਲ ਕਰ ਲੈਣੀ ਆ ਉੱਥੇ ਜਗਦੀਪ ਧਨਕਰ ਜਿਹੜੇ ਇਸ ਟਾਈਮ ਚੇਅਰਪਰਸਨ ਨੇ ਰਾਜ ਸਭਾ ਦੇ ਉਹ ਫਸ ਗਏ ਆ ਉਹਨਾਂ ਦੇ ਖਿਲਾਫ ਤਾਂ ਬੇਪਰੋਸੀ ਦਾ ਮਤਾ ਲੈ ਕੇ ਆਉਣ ਲੱਗੇ ਆ ਕਿ ਇਹਨਾਂ ਨੂੰ ਸਾਨੂੰ ਸਾਰੇ ਹਾਊਸ ਨੂੰ ਪੂਰੇ ਰਾਜ ਸਭਾ ਨੂੰ ਅ퍼 ਹਾਊਸ ਨੂੰ ਹਾਊਸ ਆਫ ਐਲਡਰਸ ਵੀ ਕਹਿ ਦਿੰਦੇ ਆ ਕਿ ਸਾਨੂੰ ਇਸ ਤੇ ਭਰੋਸਾ ਨਹੀਂ ਆ 87 ਐਮਪੀਜ਼ ਨੇ ਆਲਰੇਡੀ ਸਾਈਨ ਵੀ ਕਰਤੇ ਆ ਤੇ ਜੇ ਕਿਤੇ ਉਹ ਮਤਾ ਚਲਾ ਜਾਂਦਾ ਜਾਂ ਜਿਸ ਤਰ੍ਹਾਂ ਕਹਿ ਜਾਂਦਾ ਕਿ ਪਾਰਲੀਮੈਂਟ ਸੈਸ਼ਨ ਨੂੰ ਉਸ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ ਕਿ ਜੇ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਗਈ ਜੇ ਆਪੋਜੀਸ਼ਨ ਨੇ ਜਗਦੀਪ ਧਨਕਰ ਨੂੰ ਹਟਾਤਾ ਤੇ ਫਿਰ ਇਸ ਉੱਤੇ ਤਾਂ ਹੋ ਸਕਦਾ ਸਰਕਾਰ ਹੀ ਡਿੱਗ ਪੇ ਕਿਉਂਕਿ ਇਸ ਤਰ੍ਹਾਂ ਦਾ ਮਤਾ ਹੋਰ ਪਾਸੇ ਵੀ ਆ ਸਕਦਾ ਸੋ ਕਾਫੀ ਮੁਸ਼ਕਲਾਂ ਦੇ ਨਾਲ ਇਹਨਾਂ ਦਿਨਾਂ ਦੇ ਵਿੱਚ ਸਰਕਾਰ ਘिरी ਹੋਈ ਆ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਆਪਣੇ ਇਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਇਸ ਤਰ੍ਹਾਂ ਉੱਠਦੀ ਆ ਕਿਉਂਕਿ ਇੱਕ ਚੀਜ਼ ਹੋਰ ਵੀ ਆ ਇਹ ਜਦੋਂ ਸਾਰੀਆਂ ਇਹ ਚੀਜ਼ਾਂ ਚੱਲ ਰਹੀਆਂ ਨੇ ਤੇ ਦਿਨੋਂ ਦਿਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਮਜ਼ੋਰ ਹੁੰਦੀ ਸਾਨੂੰ ਨਜ਼ਰ ਆ ਰਹੀ ਆ ਤੇ ਆਉਣ ਵਾਲੇ ਨਵੰਬਰ ਦੇ ਮਹੀਨੇ ਦੇ ਵਿੱਚ ਤਿੰਨ ਰਾਜਾਂ ਦੀਆਂ ਚੋਣਾਂ ਵੀ ਆ ਗਈਆਂ ਮਹਾਰਾਸ਼ਟਰ ਦੀ ਤੇ ਇਸੇ ਤਰ੍ਹਾਂ ਤੁਸੀਂ ਦੇਖੋ ਹਰਿਆਣਾ ਵੀ ਆ ਗਈ ਹੈ ਤੇ ਨਾਲ ਹੀ ਝਾਰਖੰਡ ਦੀ ਤੇ ਜੇ ਇਹ ਤਿੰਨੇ ਰਾਜਾਂ ਦੇ ਵਿੱਚ ਜੋ ਲੱਗ ਰਿਹਾ ਕਿਉਂਕਿ ਭਾਰਤੀ ਜਨਤਾ ਪਾਰਟੀ ਇੱਥੇ ਕਾਫੀ ਕਮਜ਼ੋਰ ਨਜ਼ਰ ਆ ਰਹੀ ਆ ਤੇ ਜੇ ਇਹ ਤਿੰਨੇ ਰਾਜਾਂ ਦੇ ਵਿੱਚ ਚੋਣ ਹਾਰ ਜਾਂਦੀ ਆ ਤੇ ਤੁਸੀਂ ਆਪ ਸਮਝ ਸਕਦੇ ਹੋ ਕਿ ਫੇਰ ਭਾਰਤੀ ਜਨਤਾ ਪਾਰਟੀ ਜਾਂ ਖਾਸ ਤੌਰ ਤੇ ਨਰਿੰਦਰ ਮੋਦੀ ਜਿਨ੍ਹਾਂ ਦੇ ਚਿਹਰੇ ਤੇ ਚੋਣਾਂ ਲੜੀਆਂ ਜਾਂਦੀਆਂ ਸੀ ਜਿਨ੍ਹਾਂ ਦੇ ਚਿਹਰੇ ਤੇ ਚੋਣਾਂ ਜਿੱਤੀਆਂ ਜਾਂਦੀਆਂ ਸੀ ਤੇ ਜੇ ਇਹ ਚੋਣਾਂ ਹਾਰ ਜਾਂਦੇ ਨੇ ਤੇ ਫੇਰ ਜਿੰਨੇ ਕ ਇਸ ਟਾਈਮ ਉਹਨਾਂ ਦੇ ਵਿਰੋਧੀ ਚਾਹੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਬੈਠੇ ਹੋਣ ਤੇ ਚਾਹੇ ਆਰਐਸਐਸ ਦੇ ਵਿੱਚ ਬੈਠੇ ਹੋਣ ਤੇ ਚਾਹੇ ਇਹਨਾਂ ਦੀਆਂ ਹੋਰ ਜਿੰਨੀਆਂ ਵੀ ਨੇੜਲੀਆਂ ਜਾਂ ਇਹਨਾਂ ਦੀਆਂ ਆਪਣੀਆਂ ਜਥੇਬੰਦੀਆਂ ਉਹ ਜਿੰਨੇ ਵਿਰੋਧੀ ਨੇ ਓਟ ਕੇ ਖੜੇ ਹੋ ਜਾਣਗੇ ਤੁਹਾਨੂੰ ਪਤਾ ਹੈ ਮੇਰਾ ਇਸ਼ਾਰਾ ਕਿਨਾਂ ਵੱਲ ਆ ਹਾਂ ਵਿਰੋਧੀ ਪਾਰਟੀਆਂ ਨੇ ਤਾਂ ਵਿਰੋਧ ਕਰਨਾ ਹੀ ਆ ਉਹਨਾਂ ਨੇ ਤਾਂ ਕਹਿਣੇ ਆ ਕਿ ਹੁਣ ਨਰਿੰਦਰ ਮੋਦੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੋ ਇਹਨਾਂ ਲਈ ਆਉਣ ਵਾਲੀਆਂ ਦਿਨੀਆਂ ਤਿੰਨ ਸੂਬਿਆਂ ਦੀ ਚੋਣਾਂ ਉਹ ਹੋਰ ਵੀ ਮਹੱਤਵਪੂਰਨ ਆ ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ ਮੈਂ ਮਨਪ੍ਰੀਤ ਰੰਦਾਵਾ